ਭੋਗ ਪੈ ਗਿਆ ਵਾ, ਨਵੇਂ ਮੁੱਖ ਮੰਤਰੀ ਜੀ ਮੁਕਾਲੇ ਬੈਠੇ ਆ। ਪੰਜਾਬ ਸਰਕਾਰ ਗੁਰਦਾ ਬਦਲਾਂਗੇ ਏਕੇ ਨਾਲ, ਹੱਕ ਲਵਾਂਗੇ ਏਕੇ ਨਾਲ। ਪੰਜਾਬ ਸਰਕਾਰ ਗੁਰਦਾਬਾਦ, ਜੈਸੂਆ ਜੀ ਕੱਟਿਆ ਮੈਨੇਜਮੈਂਟ ਗੁਰਦਾਬਾਦ, ਮੋਟੂ ਸਰਕਾਰ ਆ ਹਾਏ ਹਾਏ, ਹੱਕ ਨਹੀਂ ਦਿੰਦੇ ਹਾਏ ਹਾਏ। ਪੰਜਾਬ ਸਰਕਾਰ ਕਦੀ ਕੀ ਮੇਰਾ ਫੇਰੀ ਨਹੀਂ ਚੱਲੇਗੀ, ਮੇਰਾ ਫੇਰੀ ਰੋਕ ਦਿਆਂਗੇ। ਬੰਦ ਕਰੋ ਪੱਕੇ ਰੁਜ਼ਗਾਰ ਦਾ ਪ੍ਰਬੰਧ ਕਰੋ, ਹੱਕ ਦਵਾਂਗੇ ਏਕੇ ਨਾਲ। ਪੰਜਾਬ ਸਰਕਾਰ ਕਦੀ ਕੀ ਮੇਰਾ ਫੇਰੀ ਨਹੀਂ ਚੱਲੇਗੀ, ਤਾਮੀਰ ਕਰੋ। ਪੰਜਾਬ ਸਰਕਾਰ ਹਾਏ ਹਾਏ, ਪੰਜਾਬ ਸਰਕਾਰ ਹੋ ਬਰਬਾਦ, ਪੰਜਾਬ ਸਰਕਾਰ ਹੋ ਬਰਬਾਦ। ਹੱਕ ਲਵਾਂਗੇ ਏਕੇ ਨਾਲ, ਕੈਪਟਨ ਸਰਕਾਰ ਹਾਏ ਹਾਏ, ਜੰਨੀ ਸਰਕਾਰ ਹਾਏ ਹਾਏ। ਸਾਡਾ ਏਕਾ ਜਿੰਦਾਬਾਦ, ਭਰਾਤਰੀ ਜਥੇਬੰਦੀ ਦਾ ਏਕਾ ਜਿੰਦਾਬਾਦ, ਕਿਸਾਨ ਮਜ਼ਦੂਰ ਸੰਘਰਸ਼ ਮੋਰਚਾ ਜਿੰਦਾਬਾਦ, ਕਿਸਾਨ ਲੜਦੇ ਲੋਕ ਜਿੰਦਾਬਾਦ। ਆਵਾਜ਼ ਦੋ, ਆਵਾਜ਼ ਦੋ, ਹੱਕ ਲਵਾਂਗੇ, ਹੱਕ ਲਵਾਂਗੇ। ਲੋੜ ਪਈ ਤਾਂ, ਲੋੜ ਪਈ ਤਾਂ। ਜੈ ਜਨਤਾ, ਜੈ ਸੰਘਰਸ਼। ਇੱਕ ਮਿੰਟ ਭਾਜੀ, ਇੱਕ ਮਿੰਟ। ਹਾਂਜੀ ਭਾਜੀ, ਕੀ ਨਾਮ ਜੀ? ਮੈਂ ਅਜਮੇਰ ਸਿੰਘ, ਬ੍ਰਾਂਚ ਪ੍ਰਧਾਨ ਗੁਰਦਾਸਪੁਰ, ਜੋ ਕਿ ਸਾਡਾ ਜਲ ਸਪਲਾਈ ਕੰਟੈਕਟ ਵਰਕਰ ਰਜਿਸਟਰ ਨੰਬਰ 31 ਵੱਲੋਂ ਅੱਜ ਜਿਮਲਾ ਬੱਬਰੀ ਐਕਸ਼ਨ ਅਤੇ ਐਸ ਸੀ ਦਫ਼ਤਰਾਂ ਦੇ ਬਾਹਰ ਧਰਨਾ ਲੱਗਿਆ ਵਾ, ਜੋ ਕਿ ਮੋਰਚੇ ਵਿੱਚ ਤਬਦੀਲ ਹੋ ਸਕਦਾ ਵਾ ਜੇਕਰ ਸਰਕਾਰ ਸਾਡੀਆਂ ਜਿਹੜੀਆਂ ਜਾਂ ਸਾਡਾ ਅਫਸਰ ਸਾਹੀ ਇਹ ਗੱਲ ਸਾਡੀ ਮੰਨਦੀ ਨਹੀਂ। ਸਾਡੀਆਂ ਮੰਗਾਂ ਨੇ ਕਿ ਜੋ ਪਹਿਲਾਂ ਸਾਡਾ ਰੇਟ ਜਿਹੜਾ 20,400 ਜਿਹੜਾ ਪਾਸ ਕੀਤਾ ਗਿਆ ਸੀ 10 ਸਾਲ ਵਾਲੇ ਵਰਕਰਾਂ ਦਾ, ਅਤੇ ਹੁਣ ਤੋੜ ਕੇ 13,052 ਦੇ ਨਾਲ ਤਨਖਾਹ ਦਿੱਤੀ ਜਾ ਰਹੀ ਹੈ, ਅਸੀਂ ਉਹਦਾ ਵਿਰੋਧ ਕਰਦੇ ਹਾਂ। ਜੇਕਰ ਸਰਕਾਰ ਜਾਂ ਮੈਨੇਜਮੈਂਟ ਨੇ ਸਾਡੇ ਨਾਲ ਜਿਹੜਾ ਵਜ਼ੀਰਾ ਨਾ ਬਦਲਿਆ, ਤਾਂ ਅਸੀਂ ਇਹ ਮੋਰਚਾ ਲੰਮੇ ਸਮੇਂ ਤੱਕ ਚਲਾਵਾਂਗੇ। ਅਤੇ ਜੇਕਰ ਸਾਡਾ ਇੱਕ ਹੋਰ ਮੋਰਚਾ ਜੋ ਕਿ ਮਰਿੰਡਾ ਸੈਰ ਜਿਹੜਾ ਕਿ ਚੰਨੀ ਦੇ ਮੁੱਖ ਮੰਤਰੀ ਸਾਹਿਬ ਦੇ ਜਿਹੜਾ ਚੱਲ ਰਿਹਾ ਵਾ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਦੇ ਬੈਨਰ ਹੇਠ, ਜਿਹੜੇ ਸਾਡੀਆਂ ਮੰਗਾਂ ਨੇ ਕਿ ਸਰਕਾਰ ਸਾਨੂੰ ਕੰਟਰੈਕਟ 'ਤੇ ਲਿਆ ਕੇ ਅਤੇ ਸਾਨੂੰ ਮਹਿਕਮੇ 'ਚ ਪੱਕੇ ਕਰੇ, ਅਤੇ ਸਾਡਾ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਜਿਹੜੇ ਪਰਿਵਾਰਾਂ ਦਾ ਅਸੀਂ ਵਧੀਆ ਜਿਹੜੀ ਉਹਨੂੰ ਸਿੱਖਿਆ ਦਵਾ ਕੇ ਅਤੇ ਉਹਨਾਂ ਨੂੰ ਪਾਲਣ ਪੋਸ਼ਣ ਕਰ ਸਕੀਏ। ਜੇਕਰ ਸਰਕਾਰ ਸਾਡੇ ਨਾਲ ਇਹ ਲੋਕਾਂ ਨਾਲ ਕੀਤੇ ਵਾਅਦੇ ਜੋ ਕਿ ਵੋਟਾਂ ਵੇਲੇ ਘਰ ਘਰ ਨੌਕਰੀ ਦੇਣ ਦੇ ਕੀਤੇ ਸਨ, ਜੇ ਉਹ ਪੂਰਾ ਕਰਦੀ ਆ ਤਾਂ ਸਰਕਾਰ ਨੂੰ ਅਸੀਂ ਜਿਹੜਾ ਵਾ ਜੇ ਨਾ ਮੰਨੀ ਤਾਂ ਅਸੀਂ ਇਹਨੂੰ ਝੁਕਾਉਣ ਵਾਸਤੇ ਲੰਮਾ ਸੰਘਰਸ਼ ਲੜਨ ਲਈ ਮਜਬੂਰ ਹੋਵਾਂਗੇ।
जी। मैं जी जगरूप सिंह सीनियर मीत प्रधान पंजाब जल सप्लाई तो साड़ी एस सी साहब न मीटिंग लम्मा समा कोई डेढ़ दो घंटे तकरीब चली है वो कोई सिटा नहीं निकलिया वर्कर साथियों दिया चार चार पाँच पाँच महीने तो तनखाह रुक गई उन्होंने संबंध में अज एस सी साहब न मीटिंग की उन्हें वर्कर हकों के लिए वर्कर एस सी साहब एक्सन रल के पंजाब सरकार हक दबा रही आ इन्हों का जो हक बनता वह नहीं दे रही अज पंजाब सरकार का भी इतने इस धरने के साडा लाउन का मेन मुद्दा यह पंजाब सरकार सुनौनी करना है कि ठेकेदारी सिस्टम को बंद करके इनलिस्टमेंट पॉलिसी रद्द करके महकमे विभाग के ठेकेदारी सिस्टम करके इन वर्करों शामिल करो इन्हों का कोई पॉलिसी जिन्या भी साढ़े वर्कर धक्केशाही बनिया वो नहीं होनिया चाहिए इन्हों अपने हक मिलने चाहिए इन्हों महकमे ठेकेदारी सिस्टम को बंद करके महकमे रेगूलर कर पक्के तौर पर वर्करा बिना शर्त तो जिन्हें भी लगे मुलाजम आ ठेका संघर्ष मुलाजम मोर्चे वो जिन्हें भी डिपार्टमेंट आ उन्होंने साढ़े वर्कर बहुत सारिया लंबे समय तो सरकार ने धक्केशाही कीतियां वो हुण वर्कर जिहड़े जागरूक हो गए सड़कों पर परिवार आ गए नाल बच्चे आ गए इस तरह ही संघर्ष जारी रहेगा जिन्हें चिर तक साडिया सरकार हक्की और जायज़ साडिया मंगा नहीं मानती सो इस गल करके जब तक ऐसी भी साडा जिहड़ा गुरदासपुर आ जब तक वर्करां दे नाल समस्या का हल नहीं करता उदों तक यह रोड भी गुरदासपुर डीसी दफ्तर तक भी रोस मार्च जाऊ कल इस तरह हर रोज़ स्टैप बाई स्टैप यह रोस बदलता रहेगा। सो वाहेगुरू जी का खालसा।